ਭਾਈ ਹਰਪਾਲ ਸਿੰਘ ਜੀ ਤੇ ਭਾਈ ਜਸਵੀਰ ਸਿੰਘ ਜੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਕੌਮ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਪੰਜਾਬ ਨਾਲ ਪੰਥ ਨਾਲ ਪੰਜਾਬੀ ਨਾਲ ਪੜ੍ਹਾਈ ਨਾਲ ਅਤੇ ਪੁੱਤ ਕਰਨ ਨਾਲ ਪਿਆਰ ਕਰਨ ਵਾਲੇ ਵੀਰੋ ਤੁਹਾਡੇ 'ਤੇ ਵੀ ਭਾਈ ਹਰਪਾਲ ਸਿੰਘ ਬੜਾ ਜ਼ਬਰ ਹੋਇਆ ਅਤੇ ਤੁਹਾਡੇ 'ਤੇ ਵੀ ਭਾਈ ਜ਼ਬਰ ਹੋਇਆ ਤੁਹਾਡੇ ਮਾਮਾ ਜੀ ਅਸੀਂ ਇਕੱਠੇ ਰਹੇ ਸ਼ਹੀਦ ਹੋਏ ਆ ਭਾਈ ਦਰਸ਼ਨ ਸਿੰਘ ਜੀ ਕਰਕੇ ਕੀ ਤੁਹਾਡੇ 'ਤੇ ਵੀ ਭਾਈ ਬੜਾ ਵੱਡਾ ਜ਼ਬਰ ਹੋਇਆ ਅੱਜ ਆਪਾਂ ਸਾਰੇ ਇੱਕੋ ਜਿਹੀ ਸੋਚ ਦੇ ਧਾਰਨੀ ਇਕੱਠੇ ਹੋਏ ਹਾਂ ਅਤੇ ਮੈਂ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਜਥੇਬੰਦੀ ਵੱਲੋਂ ਦੇਸ਼ ਦੀ ਸਮੁੱਚੀ ਜਥੇਬੰਦੀ ਵੱਲੋਂ ਅੱਜ ਅਸੀਂ 39 ਸਾਲ ਪਹਿਲਾਂ ਜਦੋਂ 1984 ਦੇ ਵਿੱਚ ਸਾਡਾ ਪੁਰਾਣਾ ਦੁਪਹਿਰਾ ਅਕਾਲ ਤਖ਼ਤ ਢਾਹ ਦਿੱਤਾ ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕਰ ਦਿੱਤੀਆਂ ਗਈਆਂ ਸਾਡੇ ਗਲਾਂ 'ਚ ਟਾਇਰ ਪਾ ਦਿੱਤੇ ਗਏ ਅਤੇ ਸਾਡੀ ਕੌਮ ਦੇ ਪੱਲੇ ਕੱਖ ਛੱਡਿਆ ਨਾ ਪੰਜਾਬੀ ਬੋਲਦੇ ਇਲਾਕੇ ਖੋਲ੍ਹੇ ਹੈੱਡਵਰਕਸ ਖੋਲ੍ਹੇ ਚੰਡੀਗੜ੍ਹ ਖੋਲ੍ਹਿਆ ਹਾਈਕੋਰਟ ਖੋਲ੍ਹੀ ਪੰਜਾਬੀ ਯੂਨੀਵਰਸਿਟੀ ਖੋਲ੍ਹੀ ਭਾਵਾਂ ਦੇ ਹੱਕ ਖੋਲ੍ਹੇ ਆਨੰਦ ਮੈਰਜਕ ਸਾਡੇ ਕੋਲ ਖੋਲ੍ਹਿਆ ਅਤੇ ਸਾਡੇ 700 ਕਿਸਾਨਾਂ ਨੂੰ ਯਾਨੀ ਕਿ ਮਾਰ ਦਿੱਤਾ ਤਿੰਨ ਕਾਲੇ ਕਾਨੂੰਨ ਹਜੇ ਤੱਕ ਜਿਉਂ ਦੀ ਤਿਉਂ ਆ ਪੂਰੇ ਚੋਰ ਮੋਰੀ ਰਹੀ ਸਵਾਮੀਨਾਥ ਨੇ ਸਾਨੂੰ ਦਿੱਤਾ ਹੀ ਨਹੀਂ ਗਾ ਅਤੇ ਅਸੀਂ ਐਡੀਆਂ ਵੱਡੀਆਂ 85% ਕੁਰਬਾਨੀਆਂ ਕਰਕੇ ਅਤੇ 85% ਕੁਰਬਾਨੀਆਂ ਵੀ ਕੀਤੀਆਂ ਅਤੇ ਆਰਥਿਕ ਪੂਲ 'ਚ 65% ਹਿੱਸਾ ਵੀ ਪਾਇਆ ਅਤੇ ਫਿਰ ਭਾਈ ਸਾਡੇ ਬਾਰਡਰ ਬੰਦ ਕਰਤੇ ਬੰਗਲਾਦੇਸ਼ ਦਾ ਖੋਲ੍ਹਤਾ ਨੇਪਾਲ ਦਾ ਵੀ ਖੋਲ੍ਹਤਾ ਉਹ ਵੀ ਦੇਸ਼ ਹੈ ਵਾਹਗਾ ਬੰਦ ਕਰਤਾ ਸੈਨੀ ਵਾਲਾ ਬੰਦ ਕਰਤਾ ਸੁਲੇਮਾਨ ਕੀ ਬੰਦ ਕਰਤਾ ਸਾਡੀ ਨੌਜਵਾਨੀ ਹਿਜਰਤ ਕਰ ਗਈ ਹੈ ਜੇ ਇੱਥੋਂ ਹਰੀਕਾ ਤੋਂ ਜੇ ਸਾਡਾ ਟਰੱਕ ਚੱਲੂਗਾ ਉਹਦੇ 'ਤੇ ਸਾਡਾ ਜੀਵੀ ਦਾ ਟਰੱਕ ਲੈ ਕੇ ਜਾਊਗਾ ਨਾਲ ਸਾਡਾ ਦੁਕਾਨਦਾਰ ਵਪਾਰੀ ਜਾਊਗਾ ਹਿੰਦੂ ਅਤੇ ਨਾਲ ਸਾਡੇ ਜਾਣਗੇ ਮਜ਼ਦੂਰ ਤਿੰਨੇ ਤਰੱਕੀ ਕਰਨਗੇ ਇਹਨਾਂ ਨੇ ਤਿੰਨਾਂ ਨੂੰ ਮਾਰਤਾ ਇਹ ਅੱਜ ਸਾਰੇ ਅਸੀਂ ਦਰਦਮੰਦ ਲੋਕ ਇਕੱਠੇ ਹੋਏ ਹਾਂ ਅਤੇ ਪੰਜਾਬੀ ਸੂਬਾ ਲੰਗੜਾ ਬਣਾ ਦਿੱਤਾ ਹੋਇਆ ਅਤੇ ਕੋਝੀਆਂ ਚੱਲ ਹੈ ਅਤੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ 39 ਸਾਲ ਬਾਅਦ ਸਾਡਾ ਕੁਛ ਮੋੜਿਆ ਹੀ ਨਹੀਂ ਗਾ ਨਾ ਪਾਰਲੀਮੈਂਟ ਦੇ ਵਿੱਚ ਮਾਫ਼ੀ ਮੰਗੀ ਹੈ ਹੈਂ ਹੁਣ ਬੀਜੇਪੀ RSS ਸੋਵੀਅਤ ਰੂਸ ਤੋਂ ਬਰਤਾਨੀਆ ਨੇ ਤੇ ਰਲਕੇ ਦਰਬਾਰ ਸਾਹਿਬ ਢਾਇਆ ਉਹਨਾਂ ਨੇ ਤਾਂ ਮੰਗਣੀ ਕੀ ਆ ਕਹਿੰਦੇ ਸਿੱਖ ਪ੍ਰਧਾਨ ਮੰਤਰੀ ਬਣ ਗਿਆ ਮਨਮੋਹਨ ਸਿੰਘ ਦੱਸੋ ਜੀ ਸਿੱਖ ਜੇ ਬਣ ਗਿਆ ਉਹਨੇ ਮਨਮੋਹਨ ਸਿੰਘ ਨੇ ਕੋਈ ਮਾਫ਼ੀ ਮੰਗੀ ਅਤੇ ਸਿੱਖ ਦਾ ਬੇਅੰਤ ਬੁੱਚੜ ਵੀ ਸੀ ਜਿਹਨੇ ਜਥੇਦਾਰ ਕੌਂਕੇ ਨੂੰ ਸ਼ਹੀਦ ਕੀਤਾ ਮੈਨੂੰ ਵੀ ਠੋਕ ਦੇਣਾ KPS ਗਿੱਲ ਵੀ ਸਿੱਖ ਹੈ ਇੱਥੇ ਸਿੱਖ ਦਾ ਨਹੀਂ ਮਾਮਲਾ ਤਾਂ ਇਹ ਹੈ ਵੀ ਉਸ ਦਿੱਲੀ ਦੇ ਹੱਥ ਟੋਖਾ ਕੌਣ ਹੈ ਸਿੱਖਾਂ ਨੂੰ ਮਾਰਨਾ ਕੌਣ ਚਾਹੁੰਦਾ ਹੈ ਲੜਾਈ ਦਿੱਲੀ ਦੀ ਅਤੇ ਅਕਾਲ ਤਖ਼ਤ ਦੀ ਹੈ ਜਿਹੜੇ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਇਸ ਨੂੰ ਸਮਰਪਿਤ ਹੈ ਉਹ ਦਿੱਲੀ ਦੇ ਦੁਸ਼ਮਣ ਹੈ ਜਿਹੜੇ ਦਿੱਲੀ ਦੇ ਯਾਰ ਹੈ ਉਹ ਭਾਵੇਂ ਸਿੱਖ ਹੋਣ ਮੁਸਲਮਾਨ ਹਿੰਦੂ ਹੋਣ ਉਹ ਸਿੱਖ ਕੌਮ ਦਾ ਘਾਣ ਕੀਤਾ ਅਤੇ ਕਰ ਰਹੇ ਨੇ ਫਿਰ 39 ਸਾਲ ਬਾਅਦ ਇਹ ਜਿਹੜਾ ਵੀ ਇਹੋ ਥਾਂ ਦੀ ਚੋਣ ਕਿਉਂ ਕੀਤੀ ਹਰੀਕੇ ਹੈਡ ਦੀ ਤੁਸੀਂ 84 ਦੇ ਸਾਰੇ ਸ਼ਹੀਦਾਂ ਦਾ ਜ਼ਿਕਰ ਕਰਤਾ ਸਰਕਾਰਾਂ ਵੱਲੋਂ ਜਿਹੜੇ ਟੈਂਕ ਚੜਾਏ ਗਏ ਸਾਡੇ ਤਖ਼ਤ ਢਾਏ ਗਏ ਉਹਦਾ ਵੀ ਜ਼ਿਕਰ ਹੋ ਗਿਆ ਭਾਈ ਹਰਪਾਲ ਸਿੰਘ ਜੀ ਸਮੇਂ ਸਮੇਂ ਜੀ ਆਪਾਂ ਦਿਨ ਮਾੜੇ ਸੀ ਜੇ ਕਿਤੇ ਆਪਾਂ ਫੋਟੋ ਸੰਤਾਂ ਦੀ ਸੀ ਲਿਆਉਂਦੇ ਸੀ ਨਾ ਫੋਟੋ ਵਾਲੇ ਨੂੰ ਅੰਦਰ ਕਰ ਦਿੰਦੇ ਸੀ ਇੱਕ ਵਾਰੀ ਹਰਜਿੰਦਰ ਸਿੰਘ ਜਿੰਦਾ ਦੀ ਫੋਟੋ ਲੈ ਕੇ ਆਉਂਦੀ ਮੇਰੇ ਸਿੰਘ ਬਲਵਿੰਦਰ ਸਿੰਘ ਆ ਉਹ ਰਿਹਾ ਨਹੀਂ ਉਹ ਲੈ ਕੇ ਆ ਫੋਟੋ ਵੇਖੀ ਤਾਂ ਉਹ 3 ਦਿਨ ਸੀ ਇਸ ਸਟਾਫ 'ਚ ਰਿਹਾ ਫਿਰ ਵਰਿਆਮ ਸਿੰਘ ਖੱਪੇਵਾਲੀ ਦਾ ਭੋਗ ਪਿਆ ਉੱਥੇ ਫੋਟੋ ਨਹੀਂ ਲੱਭੀ ਸੀ ਫਿਰ ਉੱਥੇ ਜਦੋਂ ਇੱਕ ਫੋਟੋ ਨੌਜਵਾਨ ਕੋਈ ਸਿੱਟ ਗਿਆ ਉਹ ਫਿਰ ਮੈਂ ਫੋਟੋ ਬਣਾਈ ਫੋਟੋ ਕਿਸੇ ਹਿੰਦੂ ਜੈਂਟਲਮੈਨ ਪੱਤਰਕਾਰ ਨੇ ਮੰਗੇ ਨੇ ਫੋਟੋਗ੍ਰਾਫਰ ਨੇ ਬਣਾਈ ਉਦੋਂ ਬਾਅਦ ਮੈਂ ਸਿੰਘਾਂ ਨੂੰ ਕਿਸੇ ਸੂਟ ਬਣਾ ਤੇ ਕਿਤੇ ਉਹ ਸਿੰਘਾਂ ਦਾ ਜਦੋਂ ਸੂਟ ਬਣਾ ਕੇ ਦਿੱਤੇ ਤਾਂ ਉਹਦੇ ਟੇਲਰ ਦਾ ਲੱਗਿਆ ਸੀ ਉਹਨਾਂ ਨੇ ਜੇ ਕਿਤੇ ਸਿੰਘ ਉੱਥੋਂ ਚਲੇ ਗਏ ਉੱਥੇ ਰੇਡ ਹੋ ਗਿਆ ਅਤੇ ਉਹ ਸੂਟ ਭੁੱਲ ਗਏ ਸੂਟ ਜਦੋਂ ਭੁੱਲ ਗਏ ਤਾਂ ਸੂਟ ਭੁੱਲਣ ਤੋਂ ਬਾਅਦ ਉਹਨਾਂ ਨੇ ਸੂਟ ਚੱਕਿਆ ਉਹਨੇ ਟੇਲਰ ਚੱਕ ਲਿਆ ਗੁਰੂ ਸਾਹਿਬ ਦਾ ਉਹ ਟੇਲਰ ਨੇ ਚੱਕਿਆ ਤਾਂ ਉਹਨੇ ਮੈਨੂੰ ਚੱਕ ਲਿਆ ਵੀ ਤੂੰ ਸੂਟ ਸਵਾ ਕੇ ਦਿੱਤੇ ਆ ਉਹ ਤਾਂ ਸੂਟ ਚੱਕੇ ਤੋਂ ਹੀ ਇਹ ਲੈ ਜਾਂਦੇ ਸੀ ਇਸ ਕਰਕੇ ਜਿਵੇਂ ਜਿਵੇਂ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਆਹ ਜਗ੍ਹਾ ਦੇ ਵਿੱਚ ਜਿਹੜੇ ਸਾਡੇ ਜਥੇਦਾਰ ਕੌਂਕੇ ਆ ਉਹਨੂੰ ਬਹੁਤ ਵੱਡਾ ਜ਼ਬਰ ਕੀਤਾ ਮੈਂ ਦੱਸਿਆ ਜਗਰਾਓਂ CA ਸਟਾਫ ਤੋਂ ਮੈਨੂੰ ਵੀ ਮਾਰ ਦੇਣਾ ਸੀ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਬੀਬੀ ਦੇ ਬੜਾ ਜ਼ਬਰ ਹੋਇਆ ਮੈਨੂੰ ਵੀ ਰੱਖਿਆ ਸੁਹਾਗੇ ਦੇ ਵਿੱਚ ਕਈ ਦਿਨ ਅਤੇ ਉਦੋਂ ਬਾਅਦ ਜਦੋਂ ਫਰੀਦਕੋਟ ਦੇ ਵਿੱਚ CA ਸਟਾਫ ਦੇ ਵਿੱਚ ਉੱਥੇ ਵੀ ਮੈਨੂੰ 6-7 ਦਿਨ ਬਹੁਤ ਤੰਗਾ ਜ਼ਬਰ ਲੱਡੂ ਵਾਲਾ ਸਾਹਿਬ ਖੱਪੇਵਾਲੀ ਦੇ ਸਿੰਘ ਸੀ ਕਾਫੀ ਉਹਨਾਂ 'ਤੇ ਵੀ ਬੜਾ ਜ਼ਬਰ ਹੋਇਆ ਪਰ ਇਸ ਜਗ੍ਹਾ 'ਤੇ ਜਥੇਦਾਰ ਕੌਂਕੇ ਨੂੰ ਕਹਿੰਦੇ ਜੀ ਭਗੌੜਾ ਹੋ ਗਿਆ
ਭਗੌੜਾ ਜਦੋਂ ਭਗੌੜਾ ਤੇ ਤੁਰ ਤਾਂ ਸਕਦਾ ਨਹੀਂ ਮੇਰੇ ਸਾਹਮਣੇ ਸੀ, ਇਸ ਕਰਕੇ ਉਹ ਐਡਾ ਜ਼ਬਰ ਕੀਤਾ ਉਹ ਚਲਾਣਾ ਕਰਕੇ ਉਹਨੂੰ ਵੱਢ ਟੁੱਕੇ ਤੇ ਸੁੱਟਤਾ। ਜਥੇਦਾਰ ਆਪਣਾ ਕਾਰ ਸੇਵਾ ਬਾਬਾ ਚਰਨ ਸਿੰਘ ਸੀ ਉਹਦਾ ਕੀ ਕਸੂਰ ਸੀ? ਹੈ ਉਹਨੂੰ ਵੀ ਜੀ ਮਗਰ ਪਾੜ ਕੇ ਮਾਰਤਾ, ਅਤੇ ਉੱਧਰ ਕੁਲਵੰਤ ਸਿੰਘ ਦੇ ਬਾਪ ਨੂੰ ਆਰਤੀਆਂ 'ਤੇ ਉਹਨੂੰ ਵੀ ਮਾਰਤਾ। 19 ਸਿੰਘ ਇੱਥੇ ਮੁਸਤਫੇ ਨੇ ਠੋਕਤੇ, ਉਹ ਤੋਂ ਬਾਅਦ ਖਾਲੜਾ ਸਾਹਿਬ ਨੇ 25,000 ਲਾਸ਼ਾਂ ਕੀਤੀਆਂ ਸੀ, ਇਹਦੇ ਵਿੱਚ ਉਹਨੂੰ ਵੱਢ ਟੁੱਕ ਕੇ ਸੁੱਟਤਾ। ਅੱਜ ਅਸੀਂ ਕਿਹਾ ਵੀ 39 ਸਾਲ 'ਚ ਇਹਨਾਂ ਆਤਮਾ ਨੂੰ ਯਾਦ ਹੀ ਨਹੀਂ ਕੀਤਾ। ਇੱਕ ਤਾਂ ਪਾਣੀ ਲੈ ਗਏ ਸਾਡਾ, ਇਹ ਸਾਡਾ ਪਾਣੀ, ਇਹ ਵੀ ਖੂਨ ਹੀ ਆ ਸਾਡਾ, ਇਹ ਤੇਰੇ ਖੂਨ ਲੱਗੇ ਅਤੇ ਇੱਕ ਦੂਜਾ ਖੂਨ ਇਹਦੇ ਵਿੱਚ ਹੋਰ ਵਾ ਤਾ ਸਾਡਾ। ਇਸ ਕਰਕੇ ਅਸੀਂ ਤਾਂ ਯਾਦ ਕੀਤਾ ਕਿ ਜਿਹੜੀਆਂ ਕੌਮਾਂ ਆਪਣੇ ਯੋਧਿਆਂ ਸ਼ਹੀਦਾਂ ਨੂੰ ਯਾਦ ਕਰਦੀਆਂ, ਉਹ ਭਾਵਾਂ ਗੁਲਾਮ ਹੋ ਜਾਣ ਲੀਡਰਾਂ ਕਰ ਇੱਕ ਦਿਨ ਆਜ਼ਾਦ ਹੋਇਆ ਕਰਦੀਆਂ। ਇਸ ਕਰਕੇ ਅਸੀਂ ਇੱਥੇ ਅੱਜ ਅਰਦਾਸ ਦਿਵਸ ਹੈ, ਹਰੀਕੇ ਪੱਤਨ ਸ਼ਹੀਦੀ ਅਰਦਾਸ ਸਮਾਗਮ ਕੀਤਾ। ਅਸੀਂ ਇੱਥੇ ਖੰਡ ਪਾਠ ਕਰਾਉਣਾ ਸੀਗਾ, 4 ਨੂੰ ਰਖਾ ਕੇ ਅਤੇ 6 ਨੂੰ ਭੋਗ ਪਾਉਣਾ ਸੀਗਾ। ਅਸੀਂ ਭੋਗ ਤਾਂ ਨਹੀਂ ਪਾਏ ਕਿ ਇੱਥੇ ਹੜ੍ਹ ਆਏ ਆ, ਲੋਕ ਬੜੇ ਤੰਗ ਹੈ, ਅਤੇ ਅਸੀਂ ਇੱਕ ਅਰਦਾਸ ਕਰਕੇ ਇਸ ਨੂੰ ਸੋਚ ਨੂੰ ਚਾਲੂ ਤਾਂ ਕਰੀਏ, ਕੀ ਪਤਾ ਜਿਉਣਾ ਕਰੀ ਜਾਣਾ। ਹਾਂ ਫਿਰ ਜਦੋਂ ਜੀ ਮੇਰੇ ਕੋਲ ਸ਼ਕਤੀ ਹੱਥ ਪਾਵਰ ਆਈ ਹੈ, ਫਿਰ ਉਦੋਂ ਮੈਂ ਉਦੋਂ ਹੀ ਕਰ ਸਕਦਾ। ਪਰ ਤੁਹਾਡੇ ਕੋਲ ਪਹਿਲਾਂ ਵੀ ਬੜੀ ਪਾਵਰ ਸੀ ਮਾਨ ਦਲ ਦੇ ਵਿੱਚ, ਮਾਨ ਸਾਹਿਬ ਤੋਂ ਬਾਅਦ ਦੂਜੇ ਨੰਬਰ ਦਾ ਤੁਹਾਡਾ ਨਾਮ ਬੋਲਦਾ ਰਿਹਾ ਜਨਰਲ ਸਕੱਤਰ। ਮੈਂ ਜੀ ਬੜੇ ਵਾਰੀ ਕਿਹਾ ਸੀਗਾ, ਪਰ ਦੇਖੋ ਹੁਣ ਫਿਰ ਮੈਂ ਕੀ ਕਹਿ ਸਕਦਾ, ਜਿਹੜੀ ਪਾਰਟੀ ਪ੍ਰਧਾਨ ਤਾਂ ਪਾਰਟੀ ਹੁੰਦਾ ਨਾ, ਮੈਂ ਤਾਂ ਮਗਰ ਹੀ ਲੱਗਦਾ ਹੁੰਦਾ ਜੀ ਸਰ, ਠੀਕ ਹੈ। ਚੰਗੀ ਗੱਲ, ਉਹਨਾਂ ਨੇ ਵੀ ਬਹੁਤ ਕੁਛ ਕੀਤਾ, ਸੰਤ ਜਰਨੈਲ ਸਿੰਘ ਪੰਡਾਲ ਦਾ ਜਨਮਦਿਨ ਅਸੀਂ ਸਾਰਿਆਂ ਨੇ ਮਨਾਇਆ। ਚਲੋ ਕੋਈ ਗੱਲ ਨਹੀਂ, ਹੁਣ ਸਾਰੇ ਆ ਜਾ ਕਰਨ ਇੱਥੇ, ਕਿਹੜੀਆਂ ਗੱਲਾਂ ਇਹ, ਕਿਹੜੀਆਂ ਇਹਦੇ 'ਚ ਕੀ ਹੁੰਦਾ, ਸ਼ਹੀਦ ਤਾਂ ਸਾਰਿਆਂ ਦੇ ਸਾਂਝੇ ਹੁੰਦੇ, ਇਹਦੇ 'ਚ ਕੀ ਫਰਕ ਪੈਂਦਾ ਹੁੰਦਾ? ਇਸ ਕਰਕੇ 39 ਸਾਲ ਬਾਅਦ ਇਹ ਯਾਦ ਕਰਨਾ ਸਾਡਾ ਫਰਜ਼ ਸੀਗਾ। ਇਹ ਥੋੜ੍ਹੀ ਵੀ ਮੈਂ ਯਾਦ ਕਰ, ਮੈਂ ਵੱਡਾ, ਜਿਹਨੇ ਕੌਮ ਸਾਰੀ ਹੈ, ਸਾਰੇ ਜਿਹਨੇ ਯਾਦ ਕਰ ਲਿਆ ਕਰ ਲਿਆ ਯਾਰ, ਕਿਹੜੀ ਗੱਲ ਹੈ, ਕੀ ਹੋ ਜੂਗਾ? ਹਾਂ ਹੁਣ ਕੱਲ੍ਹ ਨੂੰ ਤੁਸੀਂ ਯਾਦ ਕਰ ਲਓਗੇ, ਆਪਾਂ ਸਾਰੇ ਇੱਕ ਹੀ ਹਾਂ, ਕੌਮ ਤਾਂ ਇੱਕ ਹੀ ਆ, ਜੇ ਸਮਝਿਆ ਜਾਵੇ, ਜੇ ਕੋਈ ਇਕੁਅਲਿਜ਼ਮ ਵਾਲੀ ਗੱਲ ਨਹੀਂ, ਪਰ ਫਿਰ ਮਹਾਰਾਜ ਨੇ ਸਾਨੂੰ ਸਮਤ ਦੇਣੀ ਸੀ, ਅਸੀਂ ਕਰ ਲਿਆ ਕੰਮ, ਹੈ ਇਸ ਕਰਕੇ ਦਰੁਸਤ ਆਏ, ਪਰ ਹੋਰ ਅਸੀਂ ਇਹ ਕਹਿੰਦੇ ਹਾਂ ਬਿਲਕੁਲ ਜੀ, ਸ਼ਹੀਦ ਸਾਹਿਬ ਜਾਣਗੇ। ਮੈਂ ਕਹਿੰਦਾ ਵੀ ਸਰਕਾਰ ਸਾਨੂੰ, ਜੋ ਬਾਬਾ ਜੀ ਹੈ ਇਹਨਾਂ ਨੂੰ 21-22 ਕਿੱਲੇ ਲੋਟ ਹੋਏ ਹੈ ਨਾ ਦਿੱਤੇ, ਚੰਗੀ ਗੱਲ ਹੈ, ਹੋਰ ਕਰ ਦੇਣ ਭਾਵਾਂ 100 ਵੀ ਕਰ ਦੇਣ, ਸਾਨੂੰ ਤਾਂ ਕੋਈ ਚੱਕਰ ਨਹੀਂ। ਦੂਜੇ ਪਾ ਮਹਾਂਪੁਰਸ਼ ਉੱਥੇ ਵੀ ਕੀਤੇ ਆ, ਲੋਟ ਕੀਤੇ ਨਾ, ਹੋਰ 100 ਕਰ ਦੇਣ, 200 ਕਰ ਦੇਣ, 500 ਕਰ ਦੇਣ, ਸਾਨੂੰ ਤਾਂ ਭਾਈ 1 ਕਿੱਲੇ ਇੱਥੇ ਦੇ ਦੇਣ, ਇਹ ਡਿਊਟੀ ਹੈ ਕਿ 1 ਕਿੱਲਾ ਦਿਓ ਕਿ ਅਸੀਂ ਇੱਥੇ ਗੁਰਦੁਆਰਾ ਬਣਾਈਏ, ਇਹਦੇ ਵਿੱਚ ਸਾਰੇ ਪੰਥ ਦਰਦੀ ਇੱਥੇ ਆਉਣ ਅਤੇ ਗੁਰਦੁਆਰਾ ਅਸੀਂ ਬਣਾਈਏ, ਆਪ ਬਣਾ ਕੇ ਉਹਦੀ ਵਾਂਗ ਡੁਰ ਸ਼ਹੀਦਾਂ ਦੀ ਯਾਦ 'ਚ, ਜਿੱਥੇ ਗੱਲ ਜਿੱਥੇ ਗੁਰਦੁਆਰੇ 'ਚ ਇਹ ਨਹੀਂ ਹੋਊਗੀ ਵੀ ਇੱਥੇ ਸਿਆਸੀ ਗੱਲ ਨਹੀਂ ਹੋਊਗੀ, ਇੱਥੇ ਮੀਰੀ ਪੀਰੀ ਦੀ ਗੱਲ ਹੋਊਗੀ, ਆਜ਼ਾਦੀ ਦੀ ਗੱਲ ਹੋਊਗੀ, ਸੰਤਾਂ ਦੀ ਗੱਲ ਹੋਊਗੀ, ਸਾਡੀ ਕੌਮ ਦੀ ਗੱਲ ਹੋਇਆ ਕਰੂਗੀ ਇਸ ਗੁਰਦੁਆਰੇ 'ਚ। ਇਸ ਕਰਕੇ ਇਹ ਗੁਰਦੁਆਰਾ ਇੱਥੇ ਬਣਾ ਕੇ ਇਹ ਇਲਾਕੇ ਦੀ ਹਰੀਕੇ ਪੱਤਣ ਦੀ ਕਮੇਟੀ ਬਣੀ, ਉਹ ਬੰਦੇ ਅੱਗੇ ਅੱਗੇ ਸਿਰ ਕੱਢ ਬੰਦੇ ਹੋਣ, ਪਰ ਉਹ ਲਿਖਿਆ ਜਾਵੇ, ਕੱਲ੍ਹ ਨੂੰ ਐਂ ਨਾ ਕਹਿੰਦੇ ਜੀ ਨਾ ਜੀ ਇੱਥੇ ਤਾਂ ਜੀ ਸਿਆਸੀ ਗੱਲ ਨਹੀਂ ਹੋਊਗੀ, ਅਤੇ ਜਦੋਂ ਮੀਰੀ ਪੀਰੀ ਇਕੱਠੀ ਹੈ ਅਕਾਲ ਤਖਤ ਕੀ ਹੈ, ਸਿਆਸਤ ਨਹੀਂ। ਇਸ ਕਰਕੇ ਜਦੋਂ ਬੰਦਾ ਕਹਿੰਦਾ ਨਾ ਵੀ ਇੱਥੇ ਸਿਆਸੀ ਨਹੀਂ ਹੋਊਗੀ, ਉਹ ਸਮਝ ਲਓ ਨਾਗਪੁਰ ਨਾਲ ਰਲ ਗਿਆ। ਹਾਂ ਜਿੱਥੇ ਮੀਰੀ ਦੀ ਪੀਰੀ ਦੀ ਗੱਲ ਉੱਥੇ ਗੱਲ ਹੋਊਗੀ, ਇਹਦਾ ਮਤਲਬ 6ਵੇਂ ਪਾਤਸ਼ਾਹ ਦੇ ਬਚਨ ਨੂੰ ਅਸੀਂ ਕਿਵੇਂ ਥੱਲ ਸਕਦੇ ਹਾਂ? 5ਵੇਂ ਪਾਤਸ਼ਾਹ ਤੱਕ ਭਗਤੀ ਚੱਲੀ ਹੈ ਨਾ, ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾਤਾ, ਉਹਨਾਂ ਨੇ ਕਿਹਾ ਨਾ ਬਈ ਜਹਾਂਗੀਰ ਹੁਣ ਗੱਲ ਮਿਲੂਗੀ, ਇੱਥੇ ਤਖ਼ਤ ਬਣੂਗਾ, ਦਿੱਲੀ ਦੇ ਤਖ਼ਤ ਦੇ ਬਰਾਬਰ ਤਖ਼ਤ ਬਣਿਆ, ਦਿੱਲੀ ਦਾ ਤਖ਼ਤ ਜ਼ਮੀਨ ਤੋਂ 3 ਫੁੱਟ ਦਾ ਅਤੇ ਅਕਾਲ ਤਖ਼ਤ ਦੀ ਨਹੀਂ 3.5 ਫੁੱਟ, ਦਿੱਲੀ ਦੇ ਤਖ਼ਤ ਦੇ ਫੈਸਲੇ 6 ਫੁੱਟ ਤੇ ਅਤੇ ਅਕਾਲ ਤਖ਼ਤ ਦੇ ਫੈਸਲੇ 6.25 ਫੁੱਟ ਤੇ, ਉਦੋਂ ਕੋਈ ਪੱਗ ਨਹੀਂ ਬਣ ਸਕਦਾ ਸੀ, ਉਹ ਕਹਿੰਦਾ ਮੇਰੇ ਸਿੰਘ 7-7 ਬੰਨਿਆ ਬੰਨਿਆ ਕਰਨਗੇ, ਉਦੋਂ ਘੋੜੇ 'ਤੇ ਨਹੀਂ ਚੜ੍ਹਦਾ ਹੈ, ਉਹ ਕਹਿੰਦਾ ਵੀ ਉਦੋਂ ਮੇਰੇ ਸਿੰਘ ਕਹਿੰਦਾ ਘੋੜਿਆਂ 'ਤੇ ਚੜ੍ਹਿਆ ਕਰਨਗੇ, ਮੀਰੀ ਪੀਰੀ ਨੇ ਕਿਰਪਾਨਾਂ 2, ਅੰਮ੍ਰਿਤ ਸਾਨੂੰ 1699 ਸਿਖਾਇਆ, ਉਹ ਤਾਂ 1608 ਸੀ ਘੋੜੇ 'ਤੇ ਚੜ੍ਹਾਤਾ, ਇਹ ਕਹਿੰਦਾ ਇੱਥੇ ਤੂੰ 3 ਨਹੀਂ ਚੱਲੂਗੀ, ਉਹ ਕਹਿੰਦਾ ਤਾਂ ਨਗਾਰਾ ਵੱਜੂਗਾ, ਫਿਰ ਕਹਿੰਦਾ ਨਿਸ਼ਾਨ ਸਾਹਿਬ ਪਹਿਲਾਂ 1 ਸੀਗਾ, ਅਕਾਲ ਤਖ਼ਤ ਸਾਹਿਬ ਵਾਲਾ ਨਿਸ਼ਾਨ ਸਾਹਿਬ 1.25 ਫੁੱਟ ਛੋਟਾ ਹੈ, ਅਤੇ ਹਰਿਮੰਦਰ ਸਾਹਿਬ 1.25 ਫੁੱਟ, ਦੋਨੇ ਐਂ ਜੁੜੇ ਮੀਂਹ ਨਾਲ ਡਿੱਗਦੇ ਹੋਣੇ ਨੇਰੀ ਨਾਲ, ਉਹ ਕਹਿੰਦਾ ਮੇਰੇ ਸਿੰਘ ਘੋੜਿਆਂ 'ਤੇ ਰਿਹਾ ਕਰਨਗੇ, 2-2 ਕਿਰਪਾਨਾਂ ਪਹਿਲਾਂ ਕਰੇ, ਅਕਾਲ ਤਖ਼ਤ ਦੇ ਫੈਸਲੇ ਹੋਣਗੇ, ਅਤੇ ਫਿਰ ਅਤੇ ਫੈਸਲੇ 'ਤੇ ਮੀਰੀ ਪੀਰੀ ਸਾਡੀ ਇਕੱਠੀ ਚੱਲੂਗੀ, ਇਹ ਕਨਸੈਪਟ। ਅੱਜ ਵੀ ਅਕਾਲ ਤਖ਼ਤ ਦੇ ਫੈਸਲੇ ਤੁਸੀਂ ਉਹ ਤੁਹਾਡੇ ਮੂੰਹ ਵੜੇਰੀ ਸੁਣਿਆ ਵੀ ਨਾਗਪੁਰ ਤੋਂ ਚੱਲਦੇ ਨੇ, ਸ਼੍ਰੋਮਣੀ ਕਮੇਟੀ ਆਜ਼ਾਦ ਹੋਊਗੀ ਤਖ਼ਤਾਂ 'ਤੇ ਆਪਣੇ ਜੱਜ, ਚਲੋ ਜੀ ਤੁਸੀਂ ਗੱਲ ਸੁਣੋ, ਸਿੱਖਾਂ ਦੀ ਪਾਰਲੀਮੈਂਟ ਨਾ, ਬੱਚੇ ਸਿੱਖਾਂ ਦੇ ਸ਼ਹੀਦ ਹੋਏ ਜੀ, ਅਤੇ ਦਰਬਾਰ ਸਾਹਿਬ ਸਿੱਖ ਕੌਮ ਦਾ ਢਾਇਆ ਜੀ, ਗੱਲਾਂ 'ਚ ਟਾਇਰ ਸਿੱਖ ਕੌਮ ਦੇ ਪਏ ਜੀ, ਅਤੇ ਨੌਜਵਾਨਾਂ ਨੂੰ ਲਾਪਤਾ ਸਿੱਖ ਕੌਮ ਦੇ ਹੋਏ, ਟਾਇਰਾਂ ਸਿੱਖ ਕੌਮ ਦੇ ਹੋਏ, ਅਤੇ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਬਣਾਇਆ, ਇਹਦੀ ਡਿਊਟੀ ਬਣਦੀ ਹੈ, ਇਲੈਕਸ਼ਨ ਲੜੋਗੇ ਤੁਸੀਂ ਹੁਣ ਜੀ? ਬਿਲਕੁਲ ਲੜਾਂਗੇ, ਸਾਰਿਆਂ ਨਾਲ ਲੈ ਕੇ, ਐਮਪੀ ਦੀਆਂ ਵੀ ਲੜਾਂਗੇ, ਵਿਧਾਨ ਸਭਾ ਦੀ ਸਰਕਾਰੀ ਖਾਲਸਾ ਬਣਾਵਾਂਗੇ ਤੁਹਾਡੇ ਨਾਲ, 50% ਨੌਜਵਾਨਾਂ ਨੂੰ ਦੇਵਾਂਗੇ। ਮੈਂ ਨੌਜਵਾਨਾਂ ਨੂੰ ਇੱਕ ਕਹਿਣਾ ਚਾਹੁੰਦਾ, ਅਸੀਂ ਇੱਕ ਯੂਥ ਪਾਵਰ ਆਫ ਪੰਜਾਬ ਬਣਾਈਏ ਜਥੇਬੰਦੀ, ਮੈਂ ਨੌਜਵਾਨਾਂ ਨੂੰ ਕਹਿਣਾ ਕਿ ਇਹਨਾਂ ਦੇ ਲੀਡਰਾਂ ਦੇ ਕਲਾਬੇ 'ਚੋਂ ਨਿਕਲ ਜਾਓ, ਪਹਿਲਾਂ ਕਹਿੰਦੇ ਸੀ ਨੌਜਵਾਨਾਂ ਤੂੰ ਬੜਾ ਯੋਧਾ ਹੈ, ਲਾ ਦਿਓ ਪੋਸਟਰ, ਪੋਸਟਰ ਲਾਉਣ 'ਤੇ ਰੱਖੇ ਸੀ, ਕਹਿੰਦਾ ਜੀ ਬੂਥਾਂ 'ਤੇ ਕਬਜ਼ਾ ਕਰ ਲਾ, ਸ਼ਰਾਬ ਵੰਡ ਦੇ ਜੀ,
ਸਮੈਕ ਵਾਂਗ ਦੇ ਭੁੱਕੀ ਬਣਦੇ, ਇਹਨਾਂ ਦੇ ਮੁੰਡੇ ਮੰਤਰੀ ਬਣ ਤੇ ਵਜ਼ੀਰ ਬਣ, ਸਾਡੇ ਬੰਦੇ ਭੁੱਕੀਆਂ ਤੇ ਨਿਸ਼ਾਨ ਵੰਡਣ। ਕਹਿੰਦਾ ਲੈ ਬਈ ਹੁਣ ਕੰਧ ਗਾਲੀ ਕਰਦੇ, ਲੈ ਬਈ ਡੰਡਾ ਲੈ ਕੇ ਬੂਥ ਤੇ ਕਬਜ਼ਾ ਕਰ ਲਾ, ਅਸੀਂ ਹੁਣ ਬੂਥਾਂ ਤੇ ਕਬਜ਼ਾ ਨਹੀਂ ਕਰਾਉਣਾ, ਅਸੀਂ ਸਰਕਾਰ ਤੇ ਕਬਜ਼ਾ ਕਰਾਉਣਾ। ਇਸ ਕਰਕੇ ਇਹਨਾਂ ਨੂੰ ਸਬਕ ਸਿਖਾਓ, ਨੌਜਵਾਨਾਂ ਨੂੰ ਕਹਿਣਾ ਤੁਸੀਂ ਲੀਡਰ ਬਣੋ, ਬੂਥਾਂ ਦੇ ਚੱਕਰਾਂ ਚੋਂ ਨਿਕਲੋ, ਬੂਥ ਆਪਾਂ ਆਪਦੇ ਲਈਏ, ਫਿਰ ਦਿੱਲੀ ਵਾਲੇ ਕਿਉਂ ਲਾਉਣੇ ਆ? ਪਰ ਆਪਾਂ ਇਕੱਠੇ ਹੋ ਕੇ ਆਪਾਂ ਨੂੰ ਮੁਕਾਬਲਾ ਕਰ ਸਕਦੇ ਹਾਂ, ਅੱਡੋ ਅੱਡ ਵੱਖੋ ਵੱਖਰੇ ਹੋ ਕੇ ਵੱਖਰੀ ਪਾਰਟੀ ਬਣਾ ਕੇ? ਇਕੱਠੇ ਨਹੀਂ ਜੀ, ਇਕੱਠੇ ਗੱਲ ਇਹ ਹੈ ਜੀ, ਤੁਸੀਂ ਕਦੇ ਸੋਚਿਆ ਮਾਇਆਵਤੀ ਦੀ ਪਾਰਟੀ 75% ਹਿੰਦੂ ਪਾਰਟੀ, ਮੁਲਾਇਮ ਸਿੰਘ ਦੀ ਪਾਰਟੀ ਹਿੰਦੂ ਪਾਰਟੀ, ਮਮਤਾ ਬੈਨਰਜੀ ਦੀ ਹਿੰਦੂ ਪਾਰਟੀ ਜੀ, ਕਾਂਗਰਸ ਦੀ 95% ਹਿੰਦੂ ਪਾਰਟੀ, ਅਤੇ ਜਿਹੜਾ ਲਾਲੂ ਯਾਦ ਹੈ ਉਹ 95% ਹਿੰਦੂ ਪਾਰਟੀ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਪਾਸਵਾਨ ਉਹ 50% ਹਿੰਦੂ ਪਾਰਟੀ, ਅਤੇ ਜਿਹੜੇ ਕਾਮਰੇਡ ਹੈ ਜਿਹੜੇ ਦਿੱਲੀ ਤੇ ਨਬੂਰ ਦੀ ਪਾਰ ਹੋ ਰਹੀ ਗੁਪਤੇ ਸੁਪਤੇ ਸਾਰੇ ਕਾਮਰੇਡਾਂ ਦੇ ਵਿੱਚ ਵੀ 70% ਹਿੰਦੂ ਪਾਰਟੀ, ਅਤੇ ਫਿਰ ਮੋਦੀ ਹਿੰਦੂ ਪਾਰਟੀ ਨਾਗਪੁਰ ਚਲਾਉਂਦੀ ਹੈ ਹਿੰਦੂ ਪਾਰਟੀ। ਜੇ ਇੰਨੇ ਹਿੰਦੂਆਂ 'ਚੋਂ ਉਹਨੇ ਵਧੀਆ ਹਿੰਦੂ ਚੁਣ ਲਿਆ ਮੋਦੀ ਨੂੰ ਆਪਦੀ ਕੌਮ ਦਾ, ਅਤੇ ਫਿਰ ਪਾਰਟੀਆਂ ਤਾਂ ਉਹਨਾਂ ਦੀਆਂ ਜ਼ਿਆਦਾ, ਉਹਨੂੰ ਕਿਉਂਕਿ ਵੀ ਇੰਨੀਆਂ ਤੁਹਾਡੀਆਂ ਪਾਰਟੀਆਂ, ਅਤੇ ਫਿਰ ਸਾਡੀਆਂ ਜਿਹੜੀਆਂ ਪਾਰਟੀਆਂ ਇਹ ਜਿਹੜੀਆਂ ਸਾਰੇ ਚੱਲੇ ਕਾਰਤੂਸ਼ ਵੇਖੋ, ਵਧੀਆ ਸਿੱਖ ਪਾਰਟੀ ਚੁਣ ਲੈਣ, ਪੰਜਾਬ ਪਾਰਟੀ ਚੁਣ ਲੈਣ ਜਿਹੜੀ ਪੰਜਾਬੀ। ਇਸ ਕਰਕੇ ਏਕਤਾ ਲੋਕ ਕਰਦੇ ਹੁੰਦੇ, ਲੀਡਰਾਂ ਨੇ ਨਹੀਂ ਕਰਨੀ, ਇਹ ਤਾਂ ਕੁਰਸੀ ਨੂੰ ਚੁੰਬੜੇ ਰਹਿੰਦੇ ਆ, ਹੁਣ ਲੋਕ ਕਰਦੇ ਨੇ ਏਕਤਾ। ਹੁਣ ਦੱਸੋ ਕੇਜਰੀਵਾਲ ਦਿੱਲੀ ਤੋਂ ਹੋਇਆ, ਨਾ ਪੰਜਾਬ ਦਾ ਪਤਾ, ਨਾ ਪਾਣੀ ਦਾ ਪਤਾ, ਨਾ ਪੋਲਿਸੀ ਦਾ ਪਤਾ, ਨਾ ਰੋਡ ਪੋਲਿਸੀ ਦਾ ਪਤਾ, ਨਾ ਫੋਰਨ ਪੋਲਿਸੀ ਦਾ ਪਤਾ। ਵੱਡੇ ਵੱਡੇ ਸਿੱਖ ਅਮਰੀਕਾ ਕੈਨੇਡਾ ਵਾਲੇ ਸਾਰੇ ਉਹ ਕਹਿੰਦੇ ਤੁਸੀਂ ਮੂਰਖ ਹੋ, ਹੈ ਅਸੀਂ ਕਹਿੰਦੇ ਵਾਜੋ 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 ਵਾਜੋ, ਗਾਲਾਂ ਸਾਨੂੰ ਕੱਢਦੇ ਸੀ ਸਾਨੂੰ, ਕਦੇ ਕਹਿੰਦੇ ਕਾਂਗਰਸ ਦਾ ਟੋਟ ਹੈ, ਕਦੇ ਬਾਦਲ ਦਾ ਟੋਟ ਹੈ, ਹੁਣ ਤਾਂ 92 ਲਿਜਾ ਕੇ ਆਉਂਦਾ ਵੀ ਇੱਥੇ, ਇੱਕ ਤੋਂ ਕਹਿੰਦੇ ਸ਼ਹੀਦੀ ਸਮਾਗ ਦੇ ਚੋਰੀ ਆ ਕੇ ਇੱਥੇ ਫਤਿਹ ਬੁਲਾ ਜਾਂਦਾ, ਆਹ ਕਟਾਰੀਆ ਸਾਹਿਬ ਵੀ ਆ ਜਾਂਦਾ, ਹੈ ਮੈਡਮ ਫਤਿਹ ਤਾਂ ਬੁਲਾ ਜਾਂਦਾ ਇੱਥੇ ਵੀ ਸ਼ਹੀਦ ਅਕਸਰ ਸ਼ਹੀਦ ਅਕਸਰ ਸਾਰੇ। ਇਸ ਕਰਕੇ ਇਹ ਕੋਈ ਏਕਤਾ ਹੈਗੀ ਆ, ਮੈਂ ਬਾਬਿਆਂ ਕੋਲ ਵੀ ਜਾਊਂਗਾ, ਮੈਂ ਢਾਡੀਆਂ ਕੋਲ ਵੀ ਜਾਊਂਗਾ, ਮੈਂ ਰਾਜਿਆਂ ਕੋਲ ਵੀ ਜਾਊਂਗਾ, ਮੈਂ ਪਟਵਾਰੀਆਂ ਕੋਲ ਵੀ ਜਾਊਂਗਾ, ਮੈਂ ਤਹਿਸੀਲਦਾਰਾਂ ਕੋਲ, ਰਿਟਾਇਰਾਂ ਕੋਲ ਜਾਊਂਗਾ, ਇੱਕ ਸਰਵਿਸਮੈਨ ਕੋਲ ਜਾਊਂਗਾ, ਸਤਿਕਾਰ ਸਭਾਵਾਂ ਕੋਲ ਜਾਊਂਗਾ, ਨਿੰਗਾ ਸਿੰਘਾਂ ਕੋਲ ਜਾਊਂਗਾ, ਸਤਿਕਾਰ ਸਭਾਵਾਂ ਕੋਲ ਜਾਊਂਗਾ, ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਸਾਰੇ ਪੱਤਰਕਾਰ ਭਾਈਚਾਰੇ ਕੋਲ ਸਾਰਿਆਂ ਕੋਲ ਮੈਂ ਹੱਥ ਜੋੜੂੰਗਾ, ਅਤੇ ਫਿਰ ਲੜ ਲਾਂਗੇ, ਫਿਰ ਲੜ ਲਿਆ ਜੇ ਪਹਿਲਾਂ ਪੰਜਾਬ ਦਾ ਬਾਦਸ਼ਾਹੀ ਤਾਂ ਲੈ ਗਈ, ਜੇ ਨਾ ਨਾ ਆਈ ਬਾਦਸ਼ਾਹੀ ਅਤੇ ਫਿਰ 2024 ਤੋਂ ਫਿਰ ਤਰਸੋਂਗੇ, ਜਿਵੇਂ ਹੁਣ ਕੇਜਰੀਵਾਲ ਵੋਟਾਂ ਪਾ ਕੇ ਤਰਸਦੇ ਨਾ, ਹੁਣ ਕੀ ਹੋਣ ਵਾਲਾ ਤੁਹਾਨੂੰ ਚੰਡੀਗੜ੍ਹ ਕਿਉਂ ਨਹੀਂ ਮਿਲੇ ਪਤਾ? ਹੁਣ ਜਿਹੜੀ ਰਾਜਧਾਨੀ ਨਵੀਂ ਮਿਲਦੀ ਹੈ ਉਹਦੀ ਨਵੀਂ ਬਣਦੀ ਹੈ ਨਾ, ਜਿਵੇਂ ਹਿਮਾਚਲ ਨਿਕਲਿਆ ਹਿਮਾਚਲ ਹੀ ਸ਼ਿਮਲਾ ਬਣ ਗਈ, ਬਿਲਕੁਲ, ਅਤੇ ਜੇ ਹਰਿਆਣਾ ਨਿਕਲਿਆ ਸੀ ਅਤੇ ਫਿਰ ਇਹਦੀ ਬਣਦੀ ਕਿਤੇ ਹੋਰ ਬਣਾ ਲੈਂਦੇ, ਫਿਰ ਸਾਡੀ ਕਿਉਂ ਨਹੀਂ? ਤੁਹਾਡੀ ਰਾਜਧਾਨੀ ਤਾਂ ਨਹੀਂ, ਚੰਡੀਗੜ੍ਹ ਇੱਕ ਨਵੀਂ ਸਟੇਟ ਬਣਨੀ ਹੈ, ਸਟੇਟ ਬਣਨ ਤੋਂ ਬਾਅਦ ਇਹਨੇ ਕੀ ਕਰਨਾ? ਸਟੇਟ ਬਣਨ ਤੋਂ ਬਾਅਦ ਜਿਹੜਾ ਹਰੀ ਕੱਪ ਜਿਹੜਾ ਆਊਗਾ ਫਤਿਹਗੜ੍ਹ ਸਾਹਿਬ ਕਪੂਰੀ ਨਹਿਰ ਹੈ, ਉੱਥੋਂ ਟੱਪ ਕੇ ਇਹ ਚੰਡੀਗੜ੍ਹ 'ਚ ਰਲਾ ਦੇਣਗੇ, ਅੱਧਾ ਨਵਾਂਸ਼ਹਿਰ, ਅੱਧਾ ਹੁਸ਼ਿਆਰਪੁਰ ਅਤੇ ਪਠਾਨਕੋਟ ਸਾਰਾ, ਉੱਧਰ ਦਰਾਂਗਲਾ ਬਾਰਡਰ ਆ ਗੁਰਦਾਸਪੁਰ ਨਾਲ, ਉਹ ਪਾ ਲੈਣਗੇ, ਕਸ਼ਮੀਰ 'ਚ ਤੋੜ ਦੇਣਗੇ, ਪਹਾੜੀ ਸਾਰੀ ਲੈ ਲੈਣਗੇ, ਉਦੋਂ ਬਾਅਦ ਤੁਹਾਡੀ ਅੱਖਾਂ 'ਚ ਘੱਟਾ ਪਾਉਣ ਲਈ ਥੋੜ੍ਹਾ ਜਿਹਾ ਪੰਜੌਰ ਕਹਿੰਦੇ ਹਿਮਾਚਲ 'ਚੋਂ ਲੈ ਲਿਆ, ਸ਼ਿਮਲਾ ਨਹੀਂ ਲੈ ਲੈਣਗੇ, ਉਦੋਂ ਬਾਅਦ ਪੰਚਕੂਲਾ ਲੈ ਲੈਣਗੇ, ਹਾਂ ਵੀ ਲੈ ਲਿਆ ਜੀ ਹਰਿਆਣੇ ਦਾ, ਤੁਹਾਡੀਆਂ ਅੱਖਾਂ 'ਚੋਂ ਘੱਟਾ ਪਾਉਣਾ, ਅਤੇ ਸਿੱਖ ਤਾਂ ਤਿਆਰ ਹੀ ਬੈਠੇ ਗਦਾਰੀ ਕਰਨ ਨੂੰ, ਹੈ ਕਿਸੇ ਨੂੰ ਜੇ ਕੈਪਟਨ ਨੂੰ ਕਹਿੰਦਾ ਮੁੱਖ ਮੰਤਰੀ ਬਣ ਜਾ ਉਹ ਬਣ ਜੂ 5 ਸਾਲ ਲਈ, ਜੇ ਬਾਦਲ ਨੂੰ ਕਹਿੰਦਾ ਉਹ ਬਣ ਜੂ, ਉਹ ਤੁਹਾਨੂੰ ਅੱਖਾਂ 'ਚ ਭੱਟੋ ਬਣਾ ਦਿਆ ਯਾਰ, ਆਪਾਂ ਇੱਕ ਮੁੱਖ ਮੰਤਰੀ ਹੋਰ ਬਣ ਗਿਆ, ਅਤੇ ਜਿਵੇਂ ਆਪਾਂ ਮੁਸਲਮਾਨ ਕੌਮ ਨੂੰ ਆਪਣਾ ਮੁਲਕ ਪਾਕਿਸਤਾਨ ਮਿਲ ਗਿਆ, ਹਿੰਦੂ ਵੀਰਾਂ ਨੂੰ ਇੰਡੀਆ ਮਿਲ ਗਿਆ, ਅਤੇ ਆਪਾਂ ਛੁਨਛਨੀ ਵਜਾਉਂਦੇ ਰਹਿ ਗਏ ਅਤੇ ਆਪਾਂ ਨੂੰ ਕੁਛ ਨਹੀਂ ਮਿਲਿਆ, ਅਤੇ ਫਿਰ ਉਦੋਂ ਬਾਅਦ 15 ਅਗਸਤ 1947 ਹੀ ਆਨੰਦਵਰ 'ਚ ਖੋਲ੍ਹਿਆ, ਪੰਜਾਬੀ ਬੋਲਦੇ ਲਾ ਕੇ ਖੋਲ੍ਹੇ, ਗਲਾਂ 'ਚ ਟਾਇਰ ਪਾ ਲਏ, ਅਤੇ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਚੋਰਾਂ ਧਾੜਵੀਆਂ ਠੱਗਾਂ ਨਹੀਂ ਕਿਹਾ, ਉਵੇਂ ਵੀ ਉਦੋਂ ਸਿੱਖ ਕਹਿੰਦੇ ਸੀਗੇ, ਹੁਕਮ ਸਿੰਘ ਕਹਿੰਦਾ ਸੀ, ਭੁਪਿੰਦਰ ਸਿੰਘ ਮਾਨ ਸਾਰੀ ਕਹਿੰਦੇ ਲੈਦਾ ਜੋ ਇਹ ਲੈਦਾ ਜੋ, ਆਪਾਂ ਭਰਾ ਹੈ, ਜਦੋਂ ਗੁਲਾਮ ਹੋਵੇ ਆਪਾਂ ਅੰਗਰੇਜ਼ ਦੇ ਗੁਲਾਮ ਸੀ, ਅੰਗਰੇਜ਼ ਦੇ ਮੁਸਲਮਾਨ ਵੀ ਗੁਲਾਮ ਸੀ, ਸਿੱਖ ਵੀ ਗੁਲਾਮ ਸੀ ਅਤੇ ਹਿੰਦੂ ਵੀ ਗੁਲਾਮ ਸੀ, ਜਦੋਂ ਤਿੰਨੇ ਗੁਲਾਮ ਹੋਣ ਉਹਨਾਂ ਦੀਆਂ ਇੱਕੋ ਜਿਹੀਆਂ ਪ੍ਰੋਬਲਮ ਹੁੰਦੀਆਂ, ਹੁਣ ਦੋ ਆਜ਼ਾਦ ਹੋ ਗਏ ਅਤੇ ਆਪਾਂ ਗੁਲਾਮ ਹੈ, ਆਪਾਂ ਇੱਕ ਗੁਲਾਮੀ 'ਚੋਂ ਨਿਕਲੇ, ਆਪਾਂ ਅੰਗਰੇਜ਼ਾਂ ਦੀ ਨਿਕਲੇ, ਇੱਕ ਮੁਸਲਮਾਨ 'ਚ ਫਸ ਗਏ ਅਤੇ ਕਿੱਧਰ ਫਸ ਗਏ, ਜਿਹੜੇ ਪਾਕਿਸਤਾਨ 'ਚ ਰਹਿ ਕੇ ਸਿੱਖ ਉਹ ਮੁਸਲਿਮ ਫਸ ਗਏ, ਜਿਹੜੇ ਇੱਥੇ ਰਹਿ ਕੇ ਇੰਡੀਆ ਦੀ ਫਸ ਗਏ, ਇਹ ਸਾਰੀਆਂ ਇਕੱਠੀਆਂ। ਪਰ ਪੰਜਾਬ ਦਾ ਜਿਹੜਾ ਪੰਜਾਬ ਦਾ ਹਿੰਦੂ ਵੀ ਹੈ ਨਾ, ਉਹ ਇਕੱਠਾ ਰਹੇ, ਤਾਮਿਲਨਾਡੂ 'ਚ ਹਿੰਦੂ ਹੈ ਸਾਰਾ, ਅਤੇ ਉਹ ਤਾਮਿਲਨਾਡੂ 'ਚ ਹਿੰਦੂਆਂ 'ਤੇ ਜਮਲ ਕਹਿੰਦੇ ਜੁਮਲਮ ਕਹਿੰਦਾ, ਉਹ ਕਹਿੰਦੇ ਸਾਡਾ ਮੁਲਕ ਮੰਨ ਦਿਓ। ਹੁਣ ਤੁਸੀਂ ਦੇਖਿਆ ਨਾ ਇੱਕ ਕਿੱਡੀ ਵੱਡੀ ਗੱਲ ਹੋ ਗਈ ਹੈ, ਉਹ ਕਹਿੰਦੇ ਹੈ ਹੁਣ ਨਾਟੋ ਦੇ ਜਿਹੜਾ ਅਫੀਸ਼ੀਅਲ ਹੈ ਉਹਨੇ ਕਹਿਤਾ ਨਾ ਵੀ ਇੰਡੀਆ ਦੇ ਟੋਟੇ ਹੋ ਜਾਣਗੇ, ਉਹਨੇ ਕਿਹਾ ਨਾ, ਅਤੇ ਫਿਰ ਅਸੀਂ ਕਿੰਨੇ ਚਿਰ ਦੇ ਕਹੀ ਜਾਂਦੇ ਸੀ ਨਾਟੋ ਦਾ, ਤਾਂ ਹੁਣ ਕਹਿ ਰਿਹਾ, ਅਸੀਂ ਕਿਹਾ ਸੀ ਵੀ ਜਿਹੜੇ ਗੁਜਰਾਤ 'ਚ ਉਹ ਕੱਛ ਭੁੱਜ ਲੈਦਾ ਕਹਿੰਦੇ ਆ ਅਤੇ ਟੋਟਾ ਹੋਣਾ ਹੀ ਹੈ, ਰਾਜਸਥਾਨ ਵਾਲੇ ਰਾਜਪੂਤਾਂ ਨਾਲ ਮੰਗਦੇ ਮੁਲਕ ਆਪਦਾ ਉਹ ਹੋਣਾ ਹੀ ਹੋਣਾ,
ਸਿੱਖ ਇੱਥੇ ਮੰਗਦੇ ਸਣੇ ਪੰਜਾਬੀ ਇਹ ਹੋਣਾ ਹੋਣਾ ਤੇ ਫਿਰ ਬੋਡੋਲੈਂਡ ਵਾਲੇ ਲਹਿਦਾ ਮੰਗੀ ਜਾਂਦੇ ਆ ਹੈਂ ਆਸਾਮ ਵਾਲੇ ਲਹਿਦਾ ਮੰਗੀ ਜਾਂਦੇ ਆ ਤਾਮਿਲਨਾਡੂ ਵਾਲੇ ਲਹਿਦਾ ਮੰਗੀ ਜਾਂਦੇ ਆ ਤੇ ਫਿਰ ਤੇ ਜਿਹੜੇ ਇੱਧਰਲੇ ਪਾਸੇ ਵਾਲੇ ਆ ਆਪਣੇ ਹਿਮਾਚਲ ਤੋਂ ਜਾਂ ਉੱਪਰ ਦੀ ਇਹ ਆਪਣਾ ਲਹਿਦਾ ਮੰਗੀ ਜਾਂਦੇ ਆ ਤੇ ਫਿਰ ਇਹ ਤਾਂ ਟੁੱਟੇ ਸੀ ਪਹਿਲਾਂ ਕਹਿ ਤਾ ਸੀ ਨਾਟੋ ਨੇ ਚੰਗੀ ਕੀਤੀ ਹੈ ਸਾਡੇ ਤੇ ਮੋਹਰ ਲਾਤੀ ਜਿਹੜੇ ਅਸੀਂ ਪਹਿਲਾਂ ਇਹ ਅਸਲ ਨਾ ਮੇਰੀ ਗੱਲ ਹੈ ਨਾ ਤੁਹਾਡੀ ਗੱਲ ਹੈ ਨਾ ਇਹਨਾਂ ਦੀ ਇਹ ਗੱਲ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ 'ਚ ਕੀ ਹੈ ਦੋਹਰਾ ਕੀ ਹੁੰਦਾ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਖੁਆਰ ਹੋਏ ਸਭ ਮਿਲਣਗੇ ਹੋਏ ਹੁਣ ਮਹਾਰਾਜ ਨੇ ਨਾਟੋ ਦੇ ਥਰੂ ਘੁਆਤਾ ਹੈ ਕਿ ਭਾਈ ਤਿਆਰ ਹੋ ਜਾਓ ਹੈ ਇਹ ਤਾਂ ਬਣਨਾ ਹੀ ਬਣਨਾ ਇਹਦੇ ਕੋਈ ਗੱਲ ਨਹੀਂ ਬਾਰਡਰ ਖੁੱਲ੍ਹਣੇ ਖੁੱਲ੍ਹਣੇ ਆ ਨਾ ਇੱਥੇ ਮੰਦਰ ਢਹਿਣਾ ਨਾ ਮਸਜਿਦ ਢਹਿਣੀ ਹੈ ਨਾ ਗੁਰਜਾ ਘਰ ਰਹਿਣ ਨਾਦੀ ਨਾਲ ਆਜ਼ਾਦੀ ਨਾਲ ਰਹਿਣਗੇ ਜੇ ਆਜ਼ਾਦੀ ਸ਼ਬਦ ਮਾੜਾ ਤਾਂ ਇੰਡੀਆ ਕਿਉਂ ਜਾ ਰਹੇ ਅੰਗਰੇਜ਼ ਦਾ ਗੁਲਾਮ ਰਹਿੰਦਾ ਜੇ ਆਜ਼ਾਦੀ ਸ਼ਬਦ ਮਾੜਾ ਪਾਕਿਸਤਾਨ ਕਿਉਂ ਬਣਿਆ ਜੇ ਆਜ਼ਾਦੀ ਸ਼ਬਦ ਮਾੜਾ ਉੱਤਰਾਖੰਡ ਕਿਉਂ ਬਣਿਆ ਸਟੇਟ ਤਾਂ ਬਣੀ ਹੈ ਨਾ ਜੇ ਆਜ਼ਾਦੀ ਸ਼ਬਦ ਮਾੜਾ ਤਾਂ ਹਿਮਾਚਲ ਕਿਉਂ ਬਣਿਆ ਜੇ ਆਜ਼ਾਦੀ ਸ਼ਬਦ ਮਾੜਾ ਹਰਿਆਣਾ ਕਿਉਂ ਬਣਿਆ ਜੇ ਆਜ਼ਾਦੀ ਸ਼ਬਦ ਮਾੜਾ ਤਾਂ ਚੱਲ ਜੇ ਆਜ਼ਾਦੀ ਸ਼ਬਦ ਮਾੜਾ ਤਾਂ ਹਰੇਕ ਭਰਾ ਨਾਲ ਭਰਾ ਕਿਉਂ ਵੱਢ ਹੁੰਦਾ ਵੀ ਦੱਸੋ ਪੰਜ ਭਰਾ ਤੇ ਕਹਿੰਦਾ ਲਹਿਦਾ ਲਹਿਦਾ ਕਬਰ ਹੁਣ ਪੰਜ ਭਰਾ ਰੋਜ਼ ਲੜੀ ਥੋੜ੍ਹੀ ਜਾਂਦੇ ਆ ਜੇ ਫਿਰ ਜੇ ਆਪਣਾ ਮੁਲਕ ਬਣ ਗਿਆ ਆਪਾਂ ਸਾਰੇ ਇਕੱਠੇ ਰਹਾਂਗੇ ਯਾਰ ਹੈ ਜਦੋਂ ਹਿੰਦੂ ਵੀਰਾਂ ਨੇ ਲੋੜ ਪਊਗੀ ਇਹਨਾਂ ਨਾਲ ਕਰ ਲਾਂਗੇ ਜਦੋਂ ਕਿਤੇ ਲੜਾਈ ਲੜੂਈ 'ਚ ਜਿਹੜੇ ਆਰ ਐੱਸ ਐੱਸ ਨਾਗਪੁਰ ਵਾਲੇ ਕਿਤੇ ਟੱਟੀਆਂ ਟੁੱਟੀਆਂ ਲੱਗ ਗਈਆਂ ਦਵਾਈ ਦੀ ਦੇ ਦੇਖ ਰਹੇ ਆਪਾਂ ਜੀ ਸੋ ਧੰਨਵਾਦ ਕੀਤੀ ਸਮਾਂ ਦੇਣ ਲਈ ਸੋ ਸਰਦਾਰ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਇਹ ਸਨ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਇਹਨਾਂ ਨੇ ਬੜੇ ਹਰ ਗੱਲ ਦੇ ਉੱਤੇ ਹਰ ਗੱਲ ਹਰ ਤੱਥ ਹਰ ਚੀਜ਼ ਸੰਗਤ ਦੇ ਸਾਹਮਣੇ ਰੱਖੀ ਅਤੇ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਰੱਖਿਆ ਗਿਆ ਸੀ ਜਿਹੜੇ ਇਸ ਦਰਿਆ ਦੇ ਵਿੱਚ ਸਿੱਟ ਦਿੱਤੇ ਗਏ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਸੰਗਤ ਜੀ ਵਿਚਾਰਾਂ ਤੁਸੀਂ ਸਾਰੀਆਂ ਸੁਣੀਆਂ ਵਿਚਾਰਾਂ ਤੁਸੀਂ ਆਪਣੀਆਂ ਵੀ ਕਮੈਂਟਾਂ ਦੇ ਵਿੱਚ ਸਾਡੇ ਨਾਲ ਸਾਂਝੀਆਂ ਜ਼ਰੂਰ ਕਰਨਾ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜਲਦ ਹੋਰ ਮੁੱਦੇ ਅਤੇ ਹੋਰ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ